ਅਸੀਂ ਪਿਛਲੀਆਂ ਵੀਡੀਓ ਦੇ ਵਿੱਚ ਦੇਖਿਆ ਸੀ ਕਿ ਪਿੰਗਲ ਦੇ ਵਿੱਚ ਜਿਹੜੇ ਮਾਤ੍ਰਿਕ ਛੰਦ ਹੁੰਦੇ ਆ ਉਹਨਾਂ ਦੇ ਵਿੱਚ ਲਘੂ ਤੇ ਗੁਰੂ ਦੇ ਹਿਸਾਬ ਨਾਲ ਮਾਤਰਾ ਗਿਣ ਕੇ ਲਾਈਨਾਂ ਬਰਾਬਰ ਕੀਤੀਆਂ ਜਾਂਦੀਆਂ ਤੇ ਅਸੀਂ ਇਹ ਵੀ ਦੇਖਿਆ ਸੀ ਕਿ ਛੋਟੀ ਤੋਂ ਛੋਟੀ ਜਿਹੜੀ ਇਕਾਈ ਆ ਛੋਟੇ ਤੋਂ ਛੋਟਾ ਜਿਹੜਾ ਯੂਨਿਟ ਆ ਉਹ ਪਿੰਗਲ ਦੇ ਵਿੱਚ ਉਹ ਹੁੰਦਾ ਹੈਗਾ ਇੱਕ ਮਾਤਰਾ ਜਾਣੀ ਕਿ ਇੱਕ ਲਘੂ ਲਘੂ ਅਸਲ ਦੇ ਵਿੱਚ ਕੀ ਹੈ ਲਘੂ ਅਸਲ ਦੇ ਵਿੱਚ ਕੋਈ ਨਾ ਕੋਈ ਇੱਕ ਵਰਨ ਹੈ ਅੱਖਰ ਹਰਫ ਲੈਟਰ ਜਾਣੀ ਕਿ ਕਦੇ ਵੀ ਇੱਕ ਅਸੀਂ ਚੀਜ਼ ਕੋਈ ਲਿਖ ਦਈਏ ਮੁਕਤਾ ਤਾਂ ਉਹ ਇੱਕ ਲਘੂ ਬਣ ਜਾਂਦਾ ਅਤੇ ਅਸੀਂ ਦੇਖਿਆ ਸੀ ਕਿ ਅਰੂਜ਼ ਦੇ ਵਿੱਚ ਵੀ ਇੱਕ ਤਾਂ ਇੱਕ ਜਿਹੜੀ ਇਕਾਈ ਹੈਗੀ ਹੈ ਉਹ ਇੱਕ ਹਰਫ ਹੈ ਇੱਕ ਵਰਨ ਹੈ ਜਾਂ ਕਹਿ ਲਓ ਇੱਕ ਵਰਨ ਹੈ ਮਾਤਰਾ ਤਾਂ ਨਹੀਂ ਗਿਣਦੇ ਪਰ ਇੱਕ ਤਰੀਕੇ ਨਾਲ ਪਿੰਗਲ ਦੇ ਹਿਸਾਬ ਨਾਲ ਛੋਟੀ ਤੋਂ ਛੋਟੀ ਚੀਜ਼ ਇੱਕ ਮਾਤਰਾ ਹੋ ਜਾਂਦੀ ਹੈ ਪਰ ਅਸੀਂ ਇਹ ਦੇਖਿਆ ਸੀ ਕਿ ਅਰੂਜ਼ ਦੇ ਵਿੱਚ ਸਾਡੇ ਕੋਲ ਇੱਕ ਹੋਰ ਹਥਿਆਰ ਹੈ ਕਿ ਅਸੀਂ ਉਹ ਜਿਹੜਾ ਇੱਕ ਲਘੂ ਆ ਉਹਨੂੰ ਅਸੀਂ ਦੋ ਤਰੀਕੇ ਨਾਲ ਦੇਖ ਸਕਦੇ ਹਾਂ ਕਿ ਮਥਰਕ ਹੈ ਕਿ ਸਾਕਨ ਆ ਅਸੀਂ ਦੇਖਿਆ ਸੀ ਕਿ ਜਿਹੜੀਆਂ ਧੁਨੀਆਂ ਦੇ ਉੱਪਰ ਐਕਸੈਂਟ ਹੋਵੇ ਜਿਨ੍ਹਾਂ 'ਤੇ ਜ਼ੋਰ ਪਾ ਕੇ ਬੋਲਿਆ ਜਾਵੇ ਜਾਂ ਜਿਨ੍ਹਾਂ ਨੂੰ ਉਹ ਕਹਿੰਦੇ ਆ ਕਿ ਜ਼ੁਬਾਨ ਹਰਕਤ ਵਿੱਚ ਆਉਂਦੀ ਆ ਉਹਨਾਂ ਨੂੰ ਕਹਿੰਦੇ ਆ ਮਥਰਕ ਅਤੇ ਜਿਨ੍ਹਾਂ 'ਤੇ ਜ਼ੁਬਾਨ 'ਤੇ ਜ਼ੋਰ ਨਹੀਂ ਹੁੰਦਾ ਜਾਣੀ ਕਿ ਨੌਨ ਐਕਸੈਂਟਿਡ ਜਾਣੀ ਕਿ ਜਾਂ ਤੁਸੀਂ ਕਹਿ ਲਓ ਕਿ ਜ਼ੁਬਾਨ 'ਤੇ ਸਕੂਨ ਰਹਿੰਦਾ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਸਾਕਨ ਹੁਣ ਅਸੀਂ ਅੱਜ ਦੇਖਣਾ ਕਿ ਮਥਰਕ ਅਤੇ ਸਾਕਨਾਂ ਨੂੰ ਇਕੱਠੇ ਕਿੱਦਾਂ ਕਰਨਾ ਮਥਰਕ ਅਤੇ ਸਾਕਨ ਨੂੰ ਜਦੋਂ ਅਦੇ ਅਸੀਂ ਇਕੱਠਾ ਕਰਦੇ ਹਾਂ ਤਾਂ ਇਹਦੇ ਦੋ ਗਰੁੱਪ ਬਣ ਜਾਂਦੇ ਆ ਇੱਕ ਹੁੰਦਾ ਹੈਗਾ ਆ ਜੋੜਾ ਅਤੇ ਇੱਕ ਹੁੰਦੀ ਹੈਗੀ ਆ ਤਿੱਕੜੀ ਜਿਹੜਾ ਜੋੜਾ ਹੁੰਦਾ ਜਾਣੀ ਕਿ ਜੋੜੇ ਦੀਆਂ ਪਿੰਗਲ ਦੇ ਹਿਸਾਬ ਨਾਲ ਆਪਾਂ ਕਹਿ ਸਕਦੇ ਹਾਂ ਕਿ ਦੋ ਮਾਤਰਾ ਹੁੰਦੀਆਂ ਪਿੰਗਲ ਅਤੇ ਲਘੂ ਇਕੱਠੇ ਹੁੰਦੇ ਆ ਉਹਨੂੰ ਕਹਿੰਦੇ ਆ ਸਬੱਬ ਜਦੋਂ ਤਿੰਨ ਇਕੱਠੇ ਹੋ ਜਾਂਦੇ ਆ ਵਰਣ ਤਿੰਨ ਹਰਫ ਤਿੰਨ ਲੈਟਰ ਜਾਂ ਤਿੰਨ ਅੱਖਰ ਕਹਿ ਲਓ ਇਕੱਠੇ ਹੋ ਜਾਂਦੇ ਆ ਤਿੰਨ ਲਘੂ ਉਹਨੂੰ ਕਹਿੰਦੇ ਆ ਵਤਦ ਹੁਣ ਜਿਹੜੇ ਵਤਦ ਅਤੇ ਸਬੱਬ ਆ ਇਹਨਾਂ ਦੇ ਗਾਂਹ ਰੂਪ ਨੇ ਜਿਹੜਾ ਸਬੱਬ ਹੈ ਉਹਦੇ ਦੋ ਰੂਪ ਨੇ ਇੱਕ ਹੁੰਦਾ ਸਬੱਬ ਖਫੀਫ ਇੱਕ ਹੁੰਦਾ ਸਬੱਬ ਸਕੀਲ ਸਬੱਬ ਖਫੀਫ ਜਿਹੜਾ ਹੁੰਦਾ ਉਹਨੂੰ ਪੰਜਾਬੀ ਦੇ ਵਿੱਚ ਨੈਚੁਰਲ ਤੌਰ 'ਤੇ ਆਉਂਦਾ ਸਬੱਬ ਖਫੀਫ ਉਹਨੂੰ ਕਹਿੰਦੇ ਨੇ ਜਿਹਦੇ ਵਿੱਚ ਜੋੜਾ ਤਾਂ ਹੋਣਾ ਹੀ ਆ ਸਬੱਬ ਆ ਕਿਉਂਕਿ ਜਿਹਦੇ ਵਿੱਚ ਪਹਿਲਾਂ ਜਿਹੜਾ ਹੈਗਾ ਹਰਫ ਜਾਂ ਵਰਣ ਉਹ ਮਥਰਕ ਹੋਵੇ ਅਤੇ ਜਿਹੜਾ ਦੂਜਾ ਆ ਉਹ ਸਾਕਨ ਹੋਵੇ ਜਿਵੇਂ ਅਸੀਂ ਕਹਿ ਦਈਏ ਦਾ ਦਰ ਘਾ ਸੀ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਪਹਿਲਾਂ ਮਥਰਕ ਹੈ ਅਤੇ ਦੂਜਾ ਸਾਕਨ ਇਹਨੂੰ ਕਹਿੰਦੇ ਹੈ ਸਬੱਬ ਖਫੀਫ ਅਤੇ ਜਦੋਂ ਦੋਨੋਂ ਮਥਰਕ ਹੋ ਜਾਣ ਅਤੇ ਇਹ ਦੋਨੋਂ ਮਥਰਕ ਮਥਰਕ ਪੰਜਾਬੀ ਦੇ ਵਿੱਚ ਆਮ ਤੌਰ 'ਤੇ ਨਹੀਂ ਹੁੰਦੇ ਪੰਜਾਬੀ ਵਿਆਕਰਣ ਦੇ ਵਿੱਚ ਕੋਈ ਵੀ ਲਫਜ਼ ਇੱਦਾਂ ਦਾ ਨਹੀਂ ਹੈਗਾ ਜੋੜੇ ਵਾਲਾ ਜਿਹਦੇ ਦੋਨੋਂ ਮਥਰਕ ਹੋਣ ਪਰ ਇਹ ਕਵਿਤਾ ਦੇ ਵਿੱਚ ਹੋ ਜਾਂਦੇ ਨੇ ਉਹ ਕਿਵੇਂ ਜਿਵੇਂ ਕਿ ਮੰਨ ਲਓ ਆਪਾਂ ਕਹਿੰਦੇ ਹਾਂ ਮੇਰੇ ਯਾਰ ਹੁਣ ਇਹਦੇ ਵਿੱਚ ਜਿਹੜਾ ਮੇਰੇ ਆ ਮੇਰੇ ਆਪਾਂ ਜਦੋਂ ਇਹਨੂੰ ਪਹਿਲੀ ਲੁੱਕ ਦੇਖਦੇ ਹਾਂ ਸਾਨੂੰ ਲੱਗਦਾ ਕਿ ਦੋ ਸਬੱਬ ਖਫੀਫ ਨੇ ਕਿਉਂਕਿ ਮੇ ਵੀ ਸਬ ਸਬੱਬ ਖਫੀਫ ਆ ਰੇ ਵੀ ਸਬੱਬ ਖਫੀਫ ਆ ਇਹਨਾਂ ਦੇ ਵਿੱਚ ਮੰਮਾ ਤੇਰਾ ਰਾ ਮਥਰਕ ਨੇ ਅਤੇ ਨਾਲ ਸਾਕ ਪਰ ਇਹਦਾ ਮਤਲਬ ਇਹ ਪਿੰਗਲ ਦੇ ਹਿਸਾਬ ਨਾਲ ਚਾਰ ਮਾਤਰਾ ਦੇ ਵਿੱਚ ਮੇਰੇ ਦੋ ਗੁਰੂ ਪਰ ਜੇ ਅਸੀਂ ਇਹਨੂੰ ਕਹਿੰਦੇ ਮੇਰੇ ਯਾਰ ਹੁਣ ਇਹਦਾ ਮਤਲਬ ਮੈਨੂੰ ਵੀ ਸਿਆਰੀ ਰਾਰੇ ਨੂੰ ਵੀ ਸਿਆਰੀ ਮੇਰੇ ਯਾਰ ਮੰਮੇ ਨੂੰ ਵੀ ਸਿਆਰੀ ਰਾਰੇ ਨੂੰ ਵੀ ਸਿਆਰੀ ਬਣ ਗਈ ਤਾਂ ਦੋਨੋਂ ਲਘੂ ਬਣ ਗਏ ਪਰ ਜ਼ੋਰ ਦੋਹਾਂ 'ਤੇ ਆ ਮੰਮੇ 'ਤੇ ਵੀ ਜ਼ੋਰ ਆ ਰਾਰੇ 'ਤੇ ਵੀ ਜ਼ੋਰ ਮੇਰੇ ਯਾਰ ਹੁਣ ਜਿਹੜਾ ਮੇਰੇ ਬਣ ਗਿਆ ਇਹ ਸਬੱਬ ਸਕੀਲ ਬਣ ਗਿਆ ਇਹਦੇ ਵਿੱਚ ਇੱਕ ਸਬੱਬ ਹੈ ਜਾਣੀ ਕਿ ਜੋੜਾ ਅਤੇ ਇਹਦਾ ਜੋੜ ਤਾਂ ਪਹਿਲੇ ਨਾਲੋਂ ਅੱਧਾ ਰਹਿ ਗਿਆ ਇੱਕੋ ਜੋੜਾ ਰਹਿ ਗਿਆ ਦੋ ਜੋੜਿਆਂ 'ਚੋਂ ਪਰ ਇਹਦੇ ਵਿੱਚ ਕਿਉਂਕਿ ਦੋਨੋਂ ਹੀ ਮਥਰਕ ਹੈ ਇਸ ਕਰਕੇ ਇਹਨੂੰ ਕਹਿਣਾ ਸਬੱਬ ਸਕੀਲ ਕਹਿਣ ਦਾ ਭਾਵ ਜਿਹੜੇ ਦੋ ਜੋੜੇ ਹੁੰਦੇ ਆ ਉਹ ਦੋ ਤਰ੍ਹਾਂ ਦੇ ਹੁੰਦੇ ਆ ਸਬੱਬ ਖਫੀਫ ਅਤੇ ਸਬੱਬ ਸਕੀਲ ਸਬੱਬ ਖਫੀਫ ਹੁੰਦਾ ਜਿਹਦੇ ਵਿੱਚ ਪਹਿਲਾ ਮਥਰਕ ਅਤੇ ਦੂਜਾ ਸਾਕਿਨ ਸਬੱਬ ਸਕੀਲ ਹੁੰਦਾ ਜਿਹਦੇ ਵਿੱਚ ਦੋਨੋਂ ਹੀ ਮਥਰਕ ਹੋਣ ਅਤੇ ਦੋਨੋਂ ਕਦੇ ਵੀ ਸਾਕਿਨ ਇਕੱਠੇ ਨਹੀਂ ਹੁੰਦੇ ਉਹ ਮੈਂ ਥੋੜ੍ਹਾ ਜਿਹਾ ਤੁਹਾਨੂੰ ਬਾਅਦ ਦੇ ਵਿੱਚ ਦੱਸੂ ਹੁਣ ਆਪਾਂ ਆ ਜਾਣਾ ਤਿੱਕੜੀਆਂ 'ਤੇ ਤਿੱਕੜੀ ਨੂੰ ਕਹਿੰਦੇ ਵਤਦ ਇਹ ਹੁੰਦੀਆਂ ਨੇ ਤਿੰਨ ਤਰ੍ਹਾਂ ਦੀਆਂ ਪਰ ਆਪਾਂ ਸਿਰਫ ਦੋ ਤਰ੍ਹਾਂ ਦੀਆਂ 'ਤੇ ਧਿਆਨ ਦੇਣੀ ਕਿਉਂਕਿ ਦੋ ਹੀ ਆਉਂਦੀਆਂ ਪੰਜਾਬੀ ਦੇ ਵਿੱਚ ਪਹਿਲਾ ਹੈ ਵਤਦ ਮਜਮੂਨ
ਵਾਤਦ ਮਜਬੂਰ ਉਹ ਹੁੰਦਾ ਜਿਹੜਾ ਜਦੋਂ ਤਿੱਕੜੀ ਦੇ ਵਿੱਚੋਂ ਪਹਿਲੇ ਦੋਨੋਂ ਮੁਤਾਰਕ ਹੋਣ, ਤੀਜਾ ਸਾਕਿਨ ਹੋਵੇ। ਕਹਿਣ ਦਾ ਭਾਵ ਭਰਾ। ਇਹਦੇ ਵਿੱਚ ਭੱਬਾ ਵੀ ਮੁਤਾਰਕ ਤੇ ਰਾਰਾ ਵੀ ਮੁਤਾਰਕ, ਕੰਨਾ ਸਾਕਿਨ, ਭਰਾ। ਇਹ ਵਾਤਦ ਮਜਬੂਰ ਹੋ ਗਿਆ। ਇਸ ਤਰ੍ਹਾਂ ਤਰੀਕੇ ਦੇ ਕੋਈ ਵੀ ਅੱਖਰ ਜਿਹੜੇ ਹੋਣ, ਪਹਿਲੇ ਦੋਨਾਂ ਤੇ ਜ਼ੁਬਾਨ ਚੱਲੇ, ਤੀਜੇ ਤੇ ਨਾ ਚੱਲੇ, ਉਹ ਹੋ ਗਿਆ ਜੀ ਵਤਦ ਮਜਬੂਰ। ਤੇ ਦੂਜਾ ਹੋ ਗਿਆ ਜਿਹੜਾ ਵਤਦ ਆ, ਉਹ ਹੈ ਵਤਦ ਮਫਰੂਕ। ਜਿਵੇਂ ਕਿ ਤੁਸੀਂ ਨਾਂ ਤੋਂ ਹੀ ਸਮਝ ਗਏ ਫਰਕ ਹੈ ਇਹਦੇ ਵਿੱਚ। ਜਿਹੜੇ ਮਥਰਕ ਹੈ ਉਹਨਾਂ ਨੂੰ ਵੱਖ ਵੱਖ ਕਰਕੇ ਉਹਨਾਂ ਦੇ ਵਿਚਾਲੇ ਸਾਕਿਨ ਆ ਗਿਆ। ਜਿਵੇਂ ਕਿ ਭਾਰ, ਇਹਦੇ ਵਿੱਚ ਭੱਬਾ ਮਥਰਕ ਹੈ, ਕੰਨਾ ਸਾਕਿਨ, ਰਾਰਾ ਮਥਰਕ, ਭਾਰ। ਜਾਣੀ ਕਿ ਜਿਹੜੇ ਦੋ ਮਥਰਕ ਸੀ ਉਹ ਜੁਦੇ ਜੁਦੇ ਹੋ ਗਏ, ਇਹਨੂੰ ਕਹਿਣਾ ਵਤਦ ਮਫਰੂਕ। ਜਿਹੜਾ ਤੀਜੀ ਤਰ੍ਹਾਂ ਦਾ ਵਤਦ ਹੁੰਦਾ, ਉਹਦੇ 'ਚ ਤਿੰਨੋਂ ਹੀ ਮਥਰਕ ਹੁੰਦੇ ਆ। ਉਹ ਹੁੰਦਾ ਹੈਗਾ ਜਿਵੇਂ ਅਰਬੀ ਦੇ ਵਿੱਚ ਕਤਲ, ਉਹ ਤਿੰਨਾਂ 'ਤੇ ਜ਼ੋਰ ਆ। ਕਤਲ, ਕਤਲ 'ਤੇ ਤਿੰਨਾਂ 'ਤੇ ਜ਼ੋਰ ਆ। ਇਹ ਪੰਜਾਬੀ 'ਚ ਨਹੀਂ ਆਉਂਦਾ, ਇਸ ਕਰਕੇ ਤੁਸੀਂ ਸਿਰਫ ਦੋਨੋਂ ਹੀ ਸਿੱਖਣੇ। ਸਬੱਬ ਦੇ ਵੀ ਦੋ ਤਰੀਕੇ ਆ, ਅਤੇ ਸਬੱਬ ਖਫੀਫ ਅਤੇ ਸਬੱਬ ਸਕੀਲ। ਵਤਦ ਦੇ ਵੀ ਦੋ ਹੀ ਆ, ਵਤ ਮਜਬੂਤ ਅਤੇ ਵਤਦ ਮਫਰੂਕ। ਹੁਣ ਇੱਥੇ ਆਪਾਂ ਇੱਕ ਗੱਲ ਦੇਖਣੀ ਆ, ਜੋ ਪਹਿਲੀ ਵੀਡੀਓ ਦੇ ਵਿੱਚ ਦੱਸੀ ਸੀ ਕਿ ਅਰੂਜ਼ ਦੇ ਵਿੱਚ ਜਿਹੜੀ ਚਾਲ ਆ ਉਹ ਕਵਿਤਾ ਦੀ ਇੱਕ ਸਾਰ ਰੱਖਣੀ ਸੌਖੀ ਆ। ਕਿਉਂ? ਕਿਉਂਕਿ ਪਿੰਗਲ ਦੇ ਵਿੱਚ ਦੋ ਲਾਈਨਾਂ ਦੇ ਵਿੱਚ ਜਿਹੜੇ ਮਾਤਰਿਕ ਛੰਦ ਆ, ਛੰਦ ਹੈ, ਉਹਨਾਂ 'ਚ ਕਿਸੇ ਨੇ ਮਾਤਰਾ ਬਰਾਬਰ ਕਰ ਲਓ। ਵੈਸੇ ਕਵੀਆਂ ਨੂੰ ਆਪ ਪਤਾ ਹੁੰਦਾ ਮੈਂ ਲਘੂ ਕਿੱਥੇ ਕਰਨਾ, ਪਰ ਉਹ ਥਿਊਰੀ ਨਹੀਂ ਹੈ। ਪਰ ਉਹਦੇ ਮੁਤਾਬਕ ਜਦੋਂ ਕਵੀ ਆਪਣੀਆਂ ਮਾਤਰਾਵਾਂ ਗਿਣ ਲੈਂਦੇ ਆ, ਪਰ ਜਦੋਂ ਕੋਈ ਚੀਜ਼ ਕਿਸੇ ਨੂੰ ਦਿਖਾਵੇ ਤਾਂ ਅਗਲਾ ਕਹਿੰਦਾ ਯਾਰ ਆ ਤਾਂ ਮੇਰੇ ਕੋਲ ਠੀਕ ਨਹੀਂ। ਮੈਨੂੰ ਕਿੰਨੇ ਹੀ ਫਰੈਂਡ ਇੱਦਾਂ ਦਾ ਗੱਲਾਂ ਕਰਦੇ ਆ, ਅਸੀਂ ਕਹਿੰਦੇ, ਪਰ ਉਹ ਪਤਾ ਹੀ ਨਹੀਂ ਲੱਗਦਾ ਕਿਹੜੀ ਪਿੰਗਲ ਕਿਹੜਾ ਕਿੱਦਾਂ। ਉਹ ਬਰਾਬਰ ਨਹੀਂ ਹੁੰਦੇ। ਪਰ ਜਿਹੜਾ ਅਰੂਜ਼ ਹੈ ਉਹ ਸਾਨੂੰ ਬਹੁਤ ਹੈਲਪ ਕਰਦਾ ਇਸ ਗੱਲ ਦੇ ਵਿੱਚ, ਹਰੇਕ ਲਾਈਨ ਦਾ ਜਿਹੜਾ ਫਲੋ ਆ, ਹਰੇਕ ਲਾਈਨ ਦੀ ਚਾਲ ਆ ਜਾਂ ਬਹਿਰ ਆ, ਉਹ ਬਰਾਬਰ ਰਹੇ। ਕਿਸ ਤਰੀਕੇ ਨਾਲ? ਕਿਉਂਕਿ ਅਰੂਜ਼ ਦੀ ਥਿਊਰੀ ਹੈ ਸਬੱਬ ਖਫੀਫ ਥੱਲੇ ਸਬੱਬ ਖਫੀਫ ਆਵੇ, ਸਬੱਬ ਸਕੀਲ ਥੱਲੇ ਸਬੱਬ ਸਕੀਲ ਆਵੇ, ਵਤਦ ਮਜਬੂਤ ਥੱਲੇ ਵਤਦ ਮਜਬੂਤ ਆਵੇ, ਮਫਰੂਕ ਥੱਲੇ ਵਤਦ ਮਫਰੂਕ ਆਵੇ। ਹੁਣ ਆਪਾਂ ਇਹ ਦੇਖਣਾ ਕਿ ਕਿਵੇਂ। ਹੁਣ ਤੁਸੀਂ ਦੇਖੋ, ਹੁਣ ਇਹ ਦੋ ਐਗਜ਼ੈਂਪਲਾਂ ਲੈਂਦੇ ਹਾਂ, ਕਿਉਂਕਿ ਵਤਦ ਦੋ ਤਰ੍ਹਾਂ ਦਾ, ਮਫਰੂਕ ਅਤੇ ਬਲੂ। ਅਤੇ ਮਜਬੂਤ ਸੀਗਾ ਜਿਹੜਾ, ਉਹਦੀ ਉਦਾਹਰਣ ਲਈ ਸੀ ਭਰਾ, ਅਤੇ ਮਫਰੂਕ ਸੀ ਉਦਾਹਰਣ ਲਈ ਸੀ ਭਾਰ। ਹੁਣ ਤੁਸੀਂ ਇਹ ਦੇਖੋ, ਦੋਨੋਂ ਹੀ ਤਿੰਨ ਤਿੰਨ ਮਾਤਰਾ ਦੀਆਂ ਚੀਜ਼ਾਂ ਨੇ, ਅਤੇ ਜਿਹੜਾ ਪਿੰਗਲ ਆ ਉਹ ਕਹਿ ਰਿਹਾ ਕਿ ਦੋਨੋਂ ਬਰਾਬਰ ਨੇ, ਪਹਿਲੇ ਦੀਆਂ ਵੀ ਤਿੰਨ ਮਾਤਰਾ, ਦੂਜੇ ਦੀਆਂ ਵੀ ਤਿੰਨ ਮਾਤਰਾ। ਪਰ ਜਿਹੜਾ ਅਰੂਜ਼ ਹੈ ਉਹ ਕਹਿ ਰਹੇ ਨੇ ਕਿ ਇੱਕ ਦੂਜੇ ਤੋਂ ਉਲਟ ਨੇ, ਹੈ ਵੀ ਉਲਟ, ਕਿਉਂਕਿ ਪਹਿਲਾ ਹੈਗਾ ਗੁਰੂ ਪਲੱਸ ਲਘੂ, ਅਤੇ ਦੂਜਾ ਹੈਗਾ ਲਘੂ ਪਲੱਸ ਗੁਰੂ। ਇੱਕ ਹੈਗਾ ਵਤਦ ਮਜਬੂਤ ਅਤੇ ਦੂਜਾ ਹੈਗਾ ਮਤਦ ਮਫਰੂ। ਜੇ ਆਪਾਂ ਅਰੂਜ਼ ਦੇ ਹਿਸਾਬ ਨਾਲ ਕਵਿਤਾ ਲਿਖਣੀ ਹੋਵੇ ਤਾਂ ਆਪਾਂ ਭਾਰ ਥੱਲੇ ਭਰਾ ਨਹੀਂ ਲਿਖ ਸਕਦੇ। ਅਤੇ ਹੁਣ ਤੁਸੀਂ ਦੇਖ ਲਓ, ਜੇ ਹੁਣ ਤੁਸੀਂ ਕਹਿ ਦਿਓ ਉਹ ਹੈ ਮੇਰਾ ਯਾਰ ਅਤੇ ਮੈਂ ਹਾਂ ਉਹਦਾ ਭਰਾ, ਇਹ ਗੱਲ ਨਹੀਂ ਬਣਦੀ। ਜੇ ਤੁਸੀਂ ਲਿਖ ਦਿਓ ਉਹ ਹੈ ਮੇਰਾ ਯਾਰ ਮੇਰੇ 'ਤੇ ਨਹੀਂ ਭਾਰ, ਹੁਣ ਯਾਰ ਥੱਲੇ ਭਾਰ ਆ ਗਿਆ, ਹੁਣ ਗੱਲ ਬਣੀ। ਇਹ ਨਹੀਂ ਹੁੰਦਾ ਵੀ ਉਹ ਜੁੜਨੇ ਹੀ ਚਾਹੀਦੇ ਨੇ। ਜਿਹੜਾ ਮਫਰੂਕ ਹੈ ਉਹਦੇ ਹੋਰ ਬਹੁਤ ਕੁਝ ਹੋ ਸਕਦਾ, ਜਿਸ ਤਰ੍ਹਾਂ ਉਹ ਅੱਗੇ ਆਪਾਂ ਜਾ ਕੇ ਗੱਲ ਕਰਾਂਗੇ। ਜੋੜਨੇ ਦੀ ਨਹੀਂ ਗੱਲ ਹੁੰਦੀ, ਉਹ ਫਲੋ ਫਲੋ ਹੁੰਦਾ, ਉਹ ਆਪਾਂ ਉਹਨੂੰ ਤਰੱਕੀ ਕਹਿੰਦੇ, ਤਕਦੀਰ ਕਹਿੰਦੇ ਉਹਨੂੰ, ਆਪਾਂ ਬਾਅਦ 'ਚ ਗੱਲ ਕਰਾਂਗੇ। ਇੱਥੇ ਇੱਕ ਛੋਟੀ ਜਿਹੀ ਹੋਰ ਗੱਲ ਦੱਸਣੀ ਚਾਹੁੰਦਾ, ਫਿਰ ਜਿਹੜਾ ਤੁਹਾਡਾ ਰੂਸ ਦਾ ਬੇਸਿਕ ਗਿਆਨ ਉਹ ਪੂਰਾ ਹੋਜੂ। ਕਿਹੜਾ ਅੱਖਰ ਮਥਰਕ ਆ, ਕਿਹੜਾ ਅੱਖਰ ਸਾਕਿਨ ਆ, ਇਹਦੇ ਬਾਰੇ ਪ੍ਰੋਫੈਸਰ ਜੋਗਿੰਦਰ ਸਿੰਘ ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਲਿਖੇ ਆ। ਪਰ ਮੈਂ ਤੁਹਾਡਾ ਕੰਮ ਸੌਖਾ ਕਰੂੰ, ਮੈਂ ਤੁਹਾਨੂੰ ਸਿਰਫ ਚਾਰ ਨਿਜ਼ਮ ਤੁਹਾਨੂੰ ਯਾਦ ਰੱਖਣ ਲਈ ਕਹੂੰ, ਉਹਨਾਂ ਵਿੱਚੋਂ ਦੋ ਮੈਂ ਦੱਸ ਚੁੱਕਿਆ ਅਤੇ ਬਾਕੀ ਦੇ ਮੈਂ ਦੱਸ। ਪਰ ਯਾਦ ਇਹ ਰੱਖਣਾ, ਜਿਹੜਾ ਥੱਲੜਲਾ ਨਿਜ਼ਮ ਆ ਸਭ ਤੋਂ ਬਾਅਦ ਵਾਲਾ, ਉਹੀ ਲਾਗੂ ਹੋਣਾ। ਜੇ ਉਹ ਪਹਿਲੇ ਤੋਂ ਉਲਟ ਆ ਤਾਂ ਉਹ ਫਿਰ ਲਾਗੂ ਨਹੀਂ। ਚਾਰ ਨਿਜ਼ਮ ਜਿਹੜੇ ਹੈਗੇ ਉਹਨਾਂ ਦੇ ਦੋ ਵਿੱਚੋਂ ਪਹਿਲਾਂ ਹੀ ਕਰ ਚੁੱਕੇ ਹਾਂ। ਕਿਹੜੇ? ਕਿ ਕਿਸੇ ਵੀ ਸ਼ਬਦ ਦਾ ਜਿਹੜਾ ਪਹਿਲਾ ਅੱਖਰ ਹੁੰਦਾ ਉਹ ਸਦਾ ਹੀ ਮਥਰਕ ਹੁੰਦਾ। ਜੇ ਦੂਜਾ ਨਿਯਮ ਸੀ, ਕਿਸੇ ਵੀ ਸ਼ਬਦ ਦਾ ਜਿਹੜਾ ਸਭ ਤੋਂ ਆਖਰੀ ਅੱਖਰ ਹੁੰਦਾ ਸਦਾ ਹੀ ਉਹ ਸਾਕਿਨ ਹੁੰਦਾ। ਅਤੇ ਅੱਜ ਦੋ ਨਿਯਮ ਮੈਂ ਹੋਰ ਦੱਸੂੰਗਾ। ਜੇ ਕਿਤੇ ਦੋ ਸਾਕਿਨ ਇਕੱਠੇ ਹੋ ਜਾਣ, ਮੈਂ ਤੁਹਾਨੂੰ ਕਿਹਾ ਸੀ ਨਾ ਦੋ ਸਾਕਿਨ ਇਕੱਠੇ ਨਹੀਂ ਹੁੰਦੇ ਕਦੇ, ਜੇ ਕਿਤੇ ਦੋ ਸਾਕਿਨ ਇਕੱਠੇ ਹੋ ਜਾਣ
ਤਾਂ ਉਹਨਾਂ ਨੂੰ ਪ੍ਰੋਨਾਉਂਸ ਨਹੀਂ ਕਰ ਸਕਦਾ ਬੰਦਾ, ਨਾ ਇੰਗਲਿਸ਼ ਦੇ ਵਿੱਚ ਅਤੇ ਨਾ ਇਕੱਠੇ ਹੁੰਦੇ ਆ, ਅਤੇ ਪ੍ਰੋਨਾਉਂਸੀਏਸ਼ਨ ਦੇ ਵਿੱਚ ਨਾ ਕਦੇ ਪੰਜਾਬੀ ਦੇ ਵਿੱਚ ਨਾ ਤਾਂ ਕਿਸੇ ਹੋਰ ਭਾਸ਼ਾ ਦੇ ਵਿੱਚ ਇਕੱਠੇ ਹੁੰਦੇ ਆ। ਉਹਦਾ ਨਿਜ਼ਮ ਕੀ ਹੈ? ਨਿਜ਼ਮ ਪਹਿਲੇ ਨੂੰ ਸਾਕਣ ਰਹਿਣ ਦਿਓ, ਦੂਜੇ ਨੂੰ ਮਥਰਕ ਕਰ ਦਿਓ। ਉਦਾਹਰਣ ਲੈਂਦੇ ਹਾਂ ਭਾਰ, ਦੂਜੇ ਨਿਯਮ ਮੁਤਾਬਕ ਇਹ ਦੇਖਿਆ ਸੀ ਕਿ ਪਹਿਲਾ ਅੱਖਰ ਤਾਂ ਮਥਰਕ ਹੈਗਾ, ਆਖਰੀ ਅੱਖਰ ਸਾਕਣ ਨਹੀਂ ਚਾਹੀਦਾ। ਇਹਦਾ ਮਤਲਬ ਰਾਰਾ ਵੀ ਸਾਕਣ ਹੈ ਪਰ ਕੰਨਾ ਵੀ ਸਾਕਣ ਹੈ। ਹੁਣ ਇਹਦਾ ਮਤਲਬ ਭਾਰ ਸਾਡਾ ਪਹਿਲੇ ਦੂਜੇ ਨਿਯਮ ਦੇ ਹਿਸਾਬ ਨਾਲ ਬਣ ਗਿਆ ਮਥਰਕ ਸਾਕਣ ਸਾਕਣ, ਅਤੇ ਹੁਣ ਕਿਉਂਕਿ ਦੋ ਸਾਕਣ ਇਕੱਠੇ ਹੋ ਗਏ ਉਹਦੇ ਵਿੱਚ ਅਸੀਂ ਪਹਿਲੇ ਨੂੰ ਸਾਕਣ ਰਹਿਣ ਤਾਂ ਰਾਰੇ ਨੂੰ ਮਥਰਕ ਕਰਕੇ ਉਹਨੂੰ ਕਹਿਤਾ ਇਹ ਮਥਰਕ ਸਾਕਣ ਮਥਰਕ, ਆਪਾਂ ਕਹਿ ਤਾਂ ਇਹ ਬਣ ਗਿਆ ਵਤਦ ਮਫਰੂਕ, ਅਤੇ ਇਸ ਤਰੀਕੇ ਨਾਲ ਕਰ ਰਹੇ ਹਾਂ ਤੀਜਾ ਨਿਯਮ। ਚੌਥਾ ਨਿਯਮ ਕੀ ਹੈ? ਉਹ ਹੈ ਜੇ ਕਿਤੇ ਤਿੰਨ ਸਾਕਣ ਇਕੱਠੇ ਹੋ ਜਾਣ, ਕਦੇ ਕਦੇ ਹੋ ਜਾਂਦੇ ਨੇ, ਤਾਂ ਫਿਰ ਉਹਦਾ ਪਹਿਲਾਂ ਤਾਂ ਉਹੀ ਨਿਯਮ ਆ ਦੂਜਾ ਨਿਯਮ ਕਿ ਪਹਿਲੇ ਨੂੰ ਸਾਕਣ ਰਹਿਣ ਦੇਣਾ, ਦੂਜੇ ਨੂੰ ਮਥਰਕ ਕਰ ਦੇਣਾ, ਪਰ ਜਿਹੜਾ ਤੀਜਾ ਸਾਕਣ ਆ ਉਹਨੂੰ ਮਤਲਬ ਖਾਰਜ ਕਰ ਦੇਣਾ, ਉਹਨੂੰ ਕਿਸੇ ਵੀ ਗਿਣਤੀ 'ਚ ਨਹੀਂ ਆਉਣਾ। ਉਦਾਹਰਣ ਦੋਸਤ, ਦੋਸਤ ਦੇ ਵਿੱਚ ਦੱਦਾ ਤਾਂ ਮਥਰਕ ਅਤੇ ਹੋੜਾ ਸਾਕਣ, ਸੱਸਾ ਵੀ ਸਾਕਣ, ਤੱਤਾ ਵੀ ਸਾਕਣ। ਹੋੜਾ ਸੱਸਾ ਤੱਤਾ ਇਹ ਤਿੰਨ ਸਾਕਣ ਇਕੱਠੇ ਹੋ ਗਏ, ਇਹਨਾਂ ਵਿੱਚੋਂ ਆਪਾਂ ਕੀ ਕਰਨਾ? ਹੋੜੇ ਨੂੰ ਸਾਕਣੇ ਰਹਿਣ ਦੇਣਾ, ਸੱਸੇ ਨੂੰ ਮਥਰਕ ਕਰ ਦੇਣਾ, ਤੱਤੇ ਨੂੰ ਕਿਸੇ ਗਿਣਤੀ 'ਚ ਨਹੀਂ ਆਉਣਾ। ਇਹ ਹੁਣ ਜਿਹੜੇ ਮੈਂ ਤੁਹਾਨੂੰ ਦੱਸਿਆ ਇਹ ਜਾਣੀ ਕਿ ਕਹਿਣ ਦਾ ਭਾਵ ਕੋਈ ਗਿਣਤੀ ਮਿਣਤੀ ਦੇ ਹਿਸਾਬ ਇੱਦਾਂ ਨਹੀਂ ਹੈ ਵੀ ਕੈਲਕੂਲੇਟਰ ਨਾ ਕਰਨਾ, ਤੁਸੀਂ ਪ੍ਰੋਨਾਊਂਸ ਕਰਕੇ ਦੇਖੋ। ਸੱਚੀ ਜਦੋਂ ਤਿੰਨ ਸਾਕਣ ਇਕੱਠੇ ਹੁੰਦੇ ਆਪਾਂ ਪਹਿਲੇ ਨੂੰ ਸਾਕਣ ਰਹਿਣ ਦਿੰਦੇ ਹਾਂ, ਦੂਜੇ ਨੂੰ ਮਥਰਕ ਕਰ ਦਿੰਦੇ ਹਾਂ ਆਪਣੀ ਜ਼ਬਾਨ ਦੇ ਵਿੱਚ, ਅਤੇ ਤੀਜੇ ਨੂੰ ਖਾਰਜ ਕਰ ਦਿੰਦੇ ਹਾਂ, ਤੁਸੀਂ ਕਹਿ ਕੇ ਦੇਖ ਲਓ ਦੋਸਤ ਦੋਸਤ, ਤੁਸੀਂ ਦੇਖੋ ਕਹਿ ਕੇ ਦੋਸਤ, ਤੱਤਾ ਤਾਂ ਕਿਸੇ ਗਿਣਤੀ 'ਚ ਨਹੀਂ ਆਉਂਦਾ, ਇਹਨੂੰ ਆਪਾਂ ਖਾਰਜ ਕਰ ਦੇਣਾ। ਇਹਨੂੰ ਪ੍ਰੈਕਟੀਕਲ ਦੇ ਹਿਸਾਬ ਨਾਲ ਇਹ ਰੂਲਸ ਨੂੰ ਸਮਝਾ ਸਕਦੇ, ਸਿਰਫ ਧਿਆਨ ਦੇਣ ਦੀ ਲੋੜ ਹੈ ਕਿ ਉਚਾਰਨ ਉਸ ਚੀਜ਼ ਦਾ ਕਿਵੇਂ ਹੋ ਰਿਹਾ, ਸਦਾ ਇੱਦਾਂ ਹੁੰਦਾ। ਇੰਗਲਿਸ਼ ਦੇ ਵਿੱਚ ਵੀ ਇੱਦਾਂ ਹੀ, ਜੇ ਕਿਤੇ ਤਿੰਨ ਸਾਕਣ ਇਕੱਠੇ ਹੁੰਦੇ ਆ ਤਾਂ ਉਹਨਾਂ ਦੇ ਵਿੱਚੋਂ ਪਹਿਲਾ ਸਾਕਣ ਰਹਿ ਜਾਣਾ, ਦੂਜੇ 'ਤੇ ਜ਼ੋਰ ਆ ਜਾਂਦਾ, ਤੀਜੇ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਇਸੇ ਤਰੀਕੇ ਦੇ ਨਾਲ ਪੰਜਾਬੀ ਦੇ ਵਿੱਚ, ਇੰਗਲਿਸ਼ ਦੇ ਵਿੱਚ, ਅਰਬੀ ਦੇ ਵਿੱਚ, ਜੇ ਕਿਤੇ ਦੋ ਸਾਕਣ ਇਕੱਠੇ ਹੋਣ ਉਹਨਾਂ ਦੇ ਵਿੱਚੋਂ ਪਹਿਲਾ ਸਾਕਣ ਰਹਿ ਜਾਣਾ, ਦੂਜੇ 'ਤੇ ਮਥਰਕ ਹੋ ਜਾਣਾ, ਤੀਜੇ ਦੀ ਕੋਈ ਗਿਣਤੀ ਨਹੀਂ। ਹੁਣ ਇੱਕ ਵਾਰੀ ਫਿਰ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਰਿਪੀਟ ਕਰਦੇ ਹਾਂ। ਉਹ ਇਹ ਹੈ ਕਿ ਜਿਹੜੇ ਮਥਰਕ ਅਤੇ ਸਾਕਣ ਹੁੰਦੇ ਆ ਅਰੂਜ਼ ਦੇ ਵਿੱਚ, ਚਲੰਤ ਅਤੇ ਹਲੰਤ ਹੁੰਦੇ ਆ, ਇਹ ਦੋ ਤਰੀਕੇ ਨਾਲ ਵਰਤੇ ਜਾਂਦੇ ਆ, ਜਾਂ ਜੋੜੇ ਦੇ ਵਿੱਚ ਜਾਂ ਤਿੱਕੜੀ ਦੇ ਵਿੱਚ। ਜਿਹੜਾ ਜੋੜਾ ਹੁੰਦਾ ਉਹਨੂੰ ਸਬੱਬ ਕਹਿੰਦੇ ਆ, ਜਿਹੜਾ ਤਿੱਕੜੀ ਹੁੰਦੀ ਆ ਉਹਨੂੰ ਵਤਦ ਕਹਿੰਦੇ ਆ। ਹੁਣ ਜਿਹੜਾ ਜੋੜੇ ਆ ਸਬੱਬ ਆ ਉਹ ਦੋ ਤਰ੍ਹਾਂ ਦੇ ਹੁੰਦੇ ਆ। ਇੱਕ ਤਾਂ ਹੁੰਦਾ ਮਥਰਕ ਸਾਕਣ ਦਾ ਜੋੜਾ, ਉਹਨੂੰ ਕਹਿੰਦੇ ਆ ਸਬੱਬ ਖਫੀਫ, ਉਹਨੂੰ ਦੋਨਾਂ ਮਥਰਕਾਂ ਦਾ ਜੋੜਾ ਹੁੰਦਾ ਉਹਨੂੰ ਕਹਿੰਦੇ ਆ ਸਬੱਬ ਸਕੀਲ। ਜਿਹੜੇ ਵਤਦ ਹੁੰਦੇ ਆ ਉਹ ਵੀ ਆਪਾਂ ਦੋ ਤਰ੍ਹਾਂ ਦੇ ਸਿੱਖੇ ਸੀ, ਇੱਕ ਹੁੰਦਾ ਵਤਦ ਮਜਬੂਹ, ਉਹਦੇ ਵਿੱਚ ਪਹਿਲੇ ਦੋਨੋਂ ਮਥਰਕ ਤੀਜਾ ਸਾਕਣ, ਅਤੇ ਇੱਕ ਹੁੰਦਾ ਵਤਦ ਮਫਰੂਕ, ਉਹਦੇ ਵਿੱਚ ਪਹਿਲਾ ਮਥਰਕ ਅਤੇ ਤੀਜਾ ਮਥਰਕ ਅਤੇ ਦੂਜਾ ਵਿਚਾਲਾ ਸਾਕਣ, ਅਤੇ ਤੀਜਾ ਵਤਦ ਜਿਹੜਾ ਹੁੰਦਾ ਉਹ ਵਿਕਸਿਤ ਹੁੰਦਾ, ਉਹ ਆਪਾਂ ਕਿਸੇ ਜ਼ਰੂਰਤ ਨਹੀਂ ਹੈਗੀ। ਅਤੇ ਫਿਰ ਆਪਾਂ ਜਿਹੜੀ ਗਾਂਹ ਦੀ ਵੀਡੀਓ ਹੋਊ ਉਹਦੇ ਵਿੱਚ ਦੇਖਾਂਗੇ ਕਿ ਇਹਨਾਂ ਨੂੰ ਵਤਦਾਂ ਅਤੇ ਸਬੱਬਾਂ ਨੂੰ ਇਕੱਠੇ ਕਰਕੇ ਕਿਸ ਤਰੀਕੇ ਨਾਲ ਬਹਿਰਾਂ ਬਣਾਈਆਂ ਜਾਂਦੀਆਂ ਨੇ, ਅਤੇ ਕਿਸ ਤਰ੍ਹਾਂ ਨਾਲ ਕਵਿਤਾ ਅਤੇ ਗਜ਼ਲ ਦੀ ਅਰੂਜ਼ ਦੇ ਹਿਸਾਬ ਦੇ ਨਾਲ ਲਿਖੀ ਹੋਵੇ, ਉਹਦੀ ਤਕਦੀਕ ਕਿਵੇਂ ਕਰਨੀ ਹੈ, ਉਹ ਤਕਦੀਕ ਕਿਵੇਂ ਕਰਨੀ ਗਾਂਹ ਦੇਖਾਂਗੇ। ਹੁਣ ਜਿਹੜਾ ਔਖਾ ਕੰਮ ਆ ਉਹ ਸਿਰਫ ਆਪਣਾ ਪੂਰਾ ਹੋ ਗਿਆ, ਹੁਣ ਸੌਖਾ ਸੌਖਾ ਰਹਿ ਗਿਆ। ਜੇ ਹੁਣ ਤੁਸੀਂ ਇਹ ਜਿਹੜੀਆਂ ਵੀਡੀਓ ਤਿੰਨੋਂ ਨੇ ਜੇ ਧਿਆਨ ਨਾਲ ਦੇਖੋ ਤਾਂ ਤੁਹਾਨੂੰ ਪਿੰਗਲ ਅਤੇ ਅਰੂਜ਼ ਦਾ ਮੁੱਢਲਾ ਗਿਆਨ ਪੂਰੀ ਤਰ੍ਹਾਂ ਪ੍ਰਾਪਤ ਹੋ ਜਾਵੇਗਾ। ਅਤੇ ਇਹ ਸਾਰਾ ਗਿਆਨ ਲੈਣ ਤੋਂ ਬਾਅਦ ਆਪਾਂ ਅਗਲੀ ਵੀਡੀਓ ਦੇ ਵਿੱਚ ਹੋਰ ਜਿੱਦਾਂ ਤੁਹਾਨੂੰ ਦੱਸਿਆ ਕਰਾਂਗੇ, ਅਤੇ ਇਹ ਵੀਡੀਓ ਆਪਾਂ ਇੱਥੇ ਹੀ ਖਤਮ ਕਰਾਂਗੇ। ਇਜਾਜ਼ਤ ਦਿਓ, ਥੈਂਕ ਯੂ।